अक्सर सुर्खियों के रहने वाले लोक इंसाफ पार्टी के जिला प्रधान सरबजीत सिंह कंग ने एक होर नवा विवाद खड़ा कर दिया। पायल के बाजीगर मोहल्ले के एक व्यक्ति के घर के बाहर गुंडागर्दी की गई है, अजिहे इल्जाम उन्होंने लगे ने, जिस तों बाद इलाके के लोग भड़के ने। उन्होंने वालों थाने के बाहर सड़क से लंबे पैके प्रदर्शन किया गया, तो प्रदर्शन दीयां तस्वीर भी साढ़े तक पहुंचिया ने। यह भी कहा जा रहा है कि थाने के बाहर इस दौरान एक नौजवान के वालों आत्महत्या करने की कोशिश भी की गई है। प्रदर्शनकारियों ने कहा कि उन्होंने किसी व्यक्ति के खिलाफ थोड़े दिन पहला चोरी का मामला दर्ज होया सी, जिस तों बाद आगू ने अपने साथियों के नाल मिलकर उन्होंने धमकियां दित्तियां ते घर के बाहर गुंडागर्दी भी की गई। पुलिस की हाजिरी के घर की पूरी तलाशी लैन तो बाद भी आगू अपनी हरकतों तो बाज नहीं आया, जिस कारण उन्होंने थाना घेरना पिया। उधर दूजे पासे लोक इंसाफ पार्टी के आगू सरबजीत सिंह कंग ने कहा कि यह रोष प्रदर्शन ईमानदारी के खिलाफ किया जा रहा है, सच नूं दबाउण की कोशिश की जा रही है। कंग ने भी कहा कि पुलिस इन्हां लोगों के नाल मिली हुई है। सरबजीत कंग दे वल्लों पुलिस ते भी गंभीर इल्जाम लगाए गए ने। ਹੁਣ ਜਾਮ ਕਦੋਂ ਖੋਲੋਗੇ? ਇਹ ਅਸੀਂ ਨਹੀਂ ਖੋਲਣਾ, ਇਹਨਾਂ ਦੇ ਜਾਮ ਨਹੀਂ ਖੋਲਣਾ, ਕਾਰਵਾਈ ਹੋ ਗਈ, ਜਾਮ ਖੋਲਾਂਗੇ। ਇਹ ਅੰਦਰ ਹੋਣੇ ਚਾਹੀਦੇ ਨੇ, ਅੰਦਰ ਘਟਨਾ ਤਾਂ ਇਹ ਹੈ ਜੀ, ਉਹਨਾਂ ਦੇ ਮਤਲਬ ਉਹ ਕਹਿੰਦੇ ਜੀ ਸਰਚ ਕਰਨੀ ਆ ਵੀ ਬੰਦਾ ਅੰਦਰੇ ਆ ਜੀ ਕੋਠੀ ਦੇ ਜੀ, ਤੇ SHO ਸਾਹਿਬ ਨੇ ਮੈਨੂੰ ਬੁਲਾਇਆ, ਚੈੱਕ ਕਰਿਆ, ਅੰਦਰ ਕੋਈ ਨਹੀਂ ਸੀਗਾ, ਕੋਠੀ ਖਾਲੀ ਸੀ। ਉਹ ਕਹਿੰਦੇ ਵੀ ਤੁਸੀਂ ਕਾਰਵਾਈ ਕਰ ਲਈ, SHO ਸਾਹਿਬ ਨੇ ਸਾਰੀ ਕੀਤੀ ਹੈ ਵੀ ਜਾਓ ਹੁਣ ਜੀ। ਵੀ ਇਹ ਕਹਿੰਦੇ ਜੀ ਨਹੀਂ ਜੀ, ਅਸੀਂ ਯਾਸਪੁਰਾ ਸਾਹਿਬ ਨੂੰ ਬੁਲਾਉਣਾ ਹਾਂਜੀ, ਤੇ ਅਸੀਂ ਮਤਲਬ ਡਿਪੀ ਸਾਹਿਬ ਨੂੰ ਬੁਲਾਉਣਾ। ਮਤਲਬ ਤੁਸੀਂ ਜਦ ਅੰਦਰ ਚੈੱਕ ਕਰਕੇ ਆਏ ਹੋ SHO ਦੇ ਨਾਲ, ਉਹਨਾਂ ਨੇ ਤੁਹਾਡੀ ਗੱਲ ਤੇ ਯਕੀਨ ਨਹੀਂ ਕੀਤਾ? ਬਿਲਕੁਲ ਜੀ, ਬਿਲਕੁਲ ਜੀ। ਤੇ ਉਹ ਅੱਜ ਵੀ ਖੋਲ ਖੋਲ ਚੈੱਕ ਕੀਤੇ ਨੇ ਵੀ ਮਤਲਬ ਹਾਂਜੀ ਇਹਨਾਂ ਦੀ ਤਸੱਲੀ ਵਾਸਤੇ ਜੀ ਪੂਰੀ ਕਾਰਵਾਈ ਕੀਤੀ ਹੈ ਜੀ, ਇਹ ਜੀ ਕੋਈ ਗੱਲ ਨਹੀਂ ਜੀ। ਤੇ ਉਹ ਤੋਂ ਬਾਅਦ ਇਹ ਚਲੋ ਇਹਨਾਂ ਦੀ ਤੂੰ ਤੂੰ ਮੈਂ ਹੋਈ ਹੈ ਜੋ ਜੀ, ਸਾਨੂੰ ਕੋਈ ਇਹ ਸਾਡੇ ਖਿਲਾਫ ਨਹੀਂ ਹੈ, ਇਹ ਇਮਾਨਦਾਰੀ ਦੇ ਖਿਲਾਫ, ਕਿਉਂਕਿ ਉਹ ਚਾਹੁੰਦੇ ਨੇ ਜਿਹੜੀਆਂ ਕੋਠੀਆਂ ਪਾਈਆਂ ਨੇ ਇੱਕ ਪਾਸੇ ਕਹਿੰਦੇ 5-5 ਰੁਪਏ ਇਕੱਠੇ ਕਰ ਰਹੇ, 5-5 ਰੁਪਏ ਤਾਂ ਸਾਰੀ ਕਰਦੇ ਨੇ ਮਹੱਲਾ ਹੀ, ਬਾਕੀਆਂ ਤੋਂ ਕਦੇ ਨਹੀਂ ਪਈਆਂ, ਇਕੱਲੀ ਉਹਦੀ ਕਦੇ ਪਈ? ਉਹ ਜਾਂਚ ਲਈ ਵੀ ਨਹੀਂ, ਪ੍ਰੋਪਰਟੀਆਂ ਜਾਂਚ ਹੋ ਗਏ, ਪੈਸੇ ਆਏ ਕਿੱਥੋਂ? ਫਿਰ ਅਸੀਂ ਉਹੀ ਚੀਜ਼ ਉਹ ਦੱਸਿਆ ਜਿਹੜਾ ਹੁਣ ਜਿਹੜਾ ਡਰਾਮਾ ਸੀ ਹਾਈ ਲੈਵਲ ਦੇ ਕਰਕੇ ਸੱਚ ਦਬਾਉਣ ਦੀ ਕੋਸ਼ਿਸ਼ ਆ। ਉਧਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਸਾਡੇ ਵੱਲੋਂ ਕੀਤੀ ਜਾਵੇਗੀ। ਆਪਣੇ ਕੋਲ ਨੇ ਕੰਪਲੇਂਟ ਦੇ ਕੇ ਗਏ ਨੇ, ਜਿਹੜਾ ਇੱਕ ਇੱਥੇ ਕੋਈ ਇੱਕ ਡੇਲੋ ਥਾਣੇ ਦਾ ਪਰਚਾ, ਉਹਦਾ ਕੋਈ ਦੋਸ਼ੀ ਹੈ ਜਿਹਦਾ ਘਰ ਇੱਥੇ ਸਥਿਤ ਹੈਗਾ, ਅਤੇ ਉਹਦੇ ਸੰਬੰਧੀ ਜਿਹੜੇ ਹੈਗੇ ਉੱਥੇ ਲੋਕਲ ਪੁਲਿਸ ਵੱਲੋਂ ਉੱਥੇ ਰੇਡ ਵੀ ਕੀਤੀ ਗਈ ਸੀਗੀ ਇਸ ਦੋਸ਼ੀ ਸੰਬੰਧੀ, ਜਿਹੜਾ ਕਿ ਬਾਅਦ 'ਚ ਇਹਨਾਂ ਨੇ ਵੱਲੋਂ ਜਿਹੜਾ ਪਬਲਿਕ ਵੱਲੋਂ ਆਪੱਤੀ ਜਿਤਾਈ ਗਈ ਸੀਗੀ ਵੀ ਇੱਕ ਸਿਵਲ ਦਾ ਜਿਹੜਾ ਬੰਦਾ ਹੈਗਾ
ਵੀ ਜਿਹਦਾ ਕਿ ਉੱਥੇ ਆਉਣਾ ਨਹੀਂ ਬਣਦਾ ਸੀਗਾ, ਉਹਨੇ ਉੱਥੇ ਆ ਕੇ ਗਲਤ ਵਿਵਹਾਰ ਕੀਤਾ ਅਤੇ ਕੁਝ ਗਲਤ ਸ਼ਬਦ ਬੋਲੇ ਨੇ, ਅਤੇ ਜਿਹੜੇ ਕਿ ਆਪਾਂ ਉਹਨਾਂ ਵੱਲੋਂ ਜਿਹੜੀ ਕੰਪਲੇਂਟ ਲੈ ਦਿੱਤੀ ਗਈ ਹੈ। ਜਿਹੜਾ ਅਰੈਸਟ ਵਾਲਾ ਪਾਰਟ ਆ ਉਹ ਸੈਪਰੇਟ ਹੈਗਾ, ਬਾਕੀ ਜਿਹੜਾ ਇਹ ਕਹਿੰਦੇ ਵੀ ਉਹਨਾਂ ਨਾਲ ਦੁਰਵਿਵਹਾਰ ਵਗੈਰਾ ਕੀਤਾ, ਉਹਦੇ ਬਾਰੇ ਆਪਾਂ ਔਨ ਮੈਰਿਟ ਉਹਨੂੰ ਗੱਲ ਕੇ ਜੋ ਸਹੀ ਕਾਰਵਾਈ ਬਣਦੀ ਹੋਊਗੀ ਸਾਡੇ ਵੱਲੋਂ ਮਿਲ ਜਾਂਦੀ। ਸਰ, ਥਾਣੇ ਦੇ ਬਾਹਰ ਇੱਕ ਨੌਜਵਾਨ ਨੂੰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ ਧਰਨੇ ਦੌਰਾਨ? ਨਹੀਂ, ਦੇਖੋ ਮੇਰੇ ਨੋਟਿਸ 'ਚ ਇੱਦਾਂ ਦੀ ਕੋਈ ਗੱਲ ਹੈ ਨਹੀਂ ਆ। ਫਿਰ ਵੀ ਆਪਾਂ ਜੋ ਵੀ ਹੈਗਾ ਮੇਰੇ ਕੋਲ ਵੀ ਬੈਠ ਕੇ ਗਏ ਨੇ ਸਾਰੇ, ਮੈਂ ਉਹਨਾਂ ਦੀ ਸਾਰੀ ਗੱਲਬਾਤ ਜਿਹੜੀ ਬੜੇ ਗੌਰ ਨਾਲ ਧਿਆਨ ਨਾਲ ਸੁਣੀ ਆ, ਜੋ ਵੀ ਉਹਨੂੰ ਸਾਰਾ ਵਿਚਾਰ ਕੇ ਜੋ ਔਨ ਮੈਰਿਟ ਹੋਊਗਾ ਆਪਾਂ ਐਕਸ਼ਨ ਲਵਾਂਗੇ। ਉਦੋਂ ਤੱਕ ਕੋਈ ਹੋਣੀ ਜੀ, ਆਪਾਂ ਮੈਂ ਮੌਕੇ 'ਤੇ ਬੈਠਾ ਜੀ, ਹੁਣ ਮੌਕੇ 'ਤੇ ਜੋ ਹੋਊਗਾ ਜੋ ਸਹੀ ਹੋਊਗਾ ਆਪਾਂ ਕਰਾਂਗੇ। ਸਕਾਈ ਨਿਊਜ਼ ਪੰਜਾਬ ਦੇ ਲਈ ਪਾਇਲ ਤੋਂ ਪਰਮਿੰਦਰ ਵਰਮਾ ਦੀ ਰਿਪੋਰਟ।